किसान वीरों राम राम, सत श्री अकाल, नमस्कार सारे किसान भरावां दा ट्रैक्टर सैंड खेती टैक यूट्यूब चैनल एंड फेसबुक पेज ते मोस्ट वेलकम है। तो मैं आशा करदा कि मेरे सारे किसान भी ठीक ठाक वधिया होणगे। तो जो अपनी अज दी वीडियो लैके आया ना तुहाडे लई, वीडियो च तुहानू ना ट्रैक्टर मैं पहले भी दिखाया, फिर दिखा दिंदा। इहदे च एक दो चीज़ जिहड़ी नवीं दसनी आ तुहानू मैं दस दिंदा की आ, ते उहदी ना रेट भी दस दांगे, नाल रेट दी जानकारी भी दे दांगे। ते ਇਹ ਜਿਹੜਾ ਨਾ 855 ਆ 3 ਸਪੀਡ ਵਾਲਾ ਟੋਪ ਮਾਡਲ, ਲੋ ਹਾਈ ਮੀਡੀਅਮ ਸਾਈਡ ਗੇਅਰ ਪਲੱਸ LED ਇੰਡੀਕੇਟਰ, ਠੀਕ ਹੈ ਜੀ। LED ਇੰਡੀਕੇਟਰ ਹੈ ਤੇ LED ਇੰਡੀਕੇਟਰ ਤੁਹਾਨੂੰ ਮੈਂ ਅੱਗੇ ਵੀ ਦਿਖਾਇਆ, ਲੇਕਿਨ ਜਿਹੜੇ ਇਹਦੇ ਫਰੰਟ ਹੈ ਨਾ, ਫਰੰਟ ਤੇ ਆ ਦੇਖ ਲਓ, ਜਿੱਦਾਂ ਤੁਹਾਨੂੰ ਮੈਂ ਕਿਹਾ ਨਾ ਆਪਸ਼ਨ ਆਉਂਦਾ ਵੀ DRL ਫਿੱਟ ਕਰ ਸਕਦੇ ਹੋ ਦੋਨੇ ਸਾਈਡ ਤੇ, ਤੇ ਇਹ DRL ਇਹਦੇ 'ਚ ਫਿੱਟ ਹੈ। ਤੇ ਮੈਂ ਤੁਹਾਨੂੰ ਦੱਸਣਾ ਵੀ ਇਹ ਤੁਸੀਂ ਕਿੱਦਾਂ ਫਿੱਟ ਕਰਾ ਸਕਦੇ ਹੋ ਤੇ ਕਿੰਨਾ ਕੁ ਰੇਟ ਹੈ ਇਹਦਾ, ਕਿੰਨੇ ਰੇਟ 'ਚ DRL ਫਿੱਟ ਹੋ ਜਾਂਦੇ ਆ। ਤੇ ਮੇਰਾ ਤਾਂ ਵੈਸੇ ਸਹੀ ਦੱਸਾਂ ਤਾਂ ਤੁਹਾਨੂੰ ਜਿਹੜਾ ਇੱਕ ਸੁਝਾਅ ਕਹਿ ਲਓ ਜਾਂ ਆਪਣੇ ਵੱਲੋਂ ਮੰਨਣੀ ਨਹੀਂ ਮੰਨਣੀ ਉਹ ਤੁਹਾਡੀ ਆ, ਠੀਕ ਹੈ ਜੀ। ਇੱਕ ਮੇਰੇ ਜਿਹੜੇ ਮੰਨਦੀ ਆ, ਜੇ ਤੁਸੀਂ ਟਰੈਕਟਰ ਲੈ ਰਹੇ ਹੋ ਨਾ, ਚਾਹੇ 55 ਲੈ ਲਓ ਚਾਹੇ 44 ਲੈ ਲਓ ਨਵੀਂ ਸ਼ੋਅ 'ਚ ਇੱਦਾਂ ਦੀ, ਅਤੇ ਜਿੱਥੇ ਤੁਸੀਂ ਮੇਰੇ ਖਿਆਲ ਨਾਲ 8 ਲੱਖ ਰੁਪਈਆ ਖਰਚਣਾ, 8 ਸਾਢੇ 8 ਲੱਖ ਰੁਪਈਆ, ਠੀਕ ਹੈ ਜੀ। ਅਤੇ ਜ਼ਰੂਰ ਨਾ ਇਹ ਜਿੰਨਾ ਵੀ ਦਾ ਰੇਟ ਹੈਗਾ, ਮੇਰੇ ਖਿਆਲ ਨਾਲ 2 ਤੋਂ ਲੈ ਕੇ 3000 ਦੇ ਵਿੱਚ ਰੇਟ ਹੋਣਾ, ਮੈਂ ਕਨਫਰਮ ਰੇਟ ਵੀ ਦੱਸ ਦਾਂਗਾ। ਅਤੇ ਇਹ ਜ਼ਰੂਰ ਲਵਾਇਓ, ਇਹ ਪੂਰੀ ਦੀ ਪੂਰੀ ਲੁੱਕ ਹੀ ਚੇਂਜ ਕਰ ਦਿੰਦੀ ਹੈ ਟਰੈਕਟਰ ਦੀ, ਠੀਕ ਹੈ ਜੀ। ਨੇਰੇ 'ਚ ਤਾਂ ਹੋਰ ਜਿਹੇ ਜਗਦੀਆਂ ਨਾ DRL। ਤਾਂ ਹੁਣ ਪਹਿਲੇ ਤੁਹਾਨੂੰ ਮੈਂ ਜੇ DRL ਹੈ, DRL ਦਾ ਮੀਨਿੰਗ ਹੈ ਕਿਸਾਨ ਵੀਰੋ ਡੇ ਟਾਈਮ ਰਨਿੰਗ ਲਾਈਟ, ਠੀਕ ਹੈ ਜੀ। ਅਤੇ ਇਹ ਜਗਾ ਕੇ ਦੱਸਣਾ ਤਾਂ ਫਿਰ ਇਹਦਾ ਰੇਟ ਦੱਸਣਾ, ਜਿਹੜੇ DRL ਹੈ ਵੀ ਇਹ ਕਿੰਨੇ 'ਚ ਫਿੱਟ ਹੋ ਸਕਦੇ ਆ, ਕੰਪਨੀ ਫਿੱਟਡ ਹੀ ਆ। ਜਗਾਇਓ ਭਾਅ ਜੀ, ਇਹ ਕਰਿਓ ਹੁਣ, ਇਹ ਹੁਣ ਤੁਹਾਨੂੰ ਜਗਾ ਕੇ ਦੱਸਣੇ ਆ ਕਿੱਦਾਂ ਦੇ ਲੱਗਦੇ ਆ। ਵੈਸੇ ਨੇਰੇ 'ਚ ਕਿਤੇ ਬਣਦੀ ਨਾ ਇਹਦੀ, ਅਤੇ ਫਿਰ ਨਜ਼ਾਰਾ ਆਉਣਾ ਸੀ, ਪਰ ਚਲੋ ਇੱਥੇ ਵੀ ਦਿਖਾ ਦਿੰਦੇ ਹਾਂ ਤੁਹਾਨੂੰ। ਇਹ ਦੇਖ ਲਓ, ਕਰਿਓ ਬੰਦ, ਫਿਰ ਜਗਾਇਓ, 2-3 ਵਾਰੀ ਬੰਦ ਕਰਿਓ, ਜਗਾਇਓ ਜਗਾਇਓ। ਜਗਾ ਕੇ ਰੱਖਿਓ 2 ਮਿੰਟ, ਇਹ ਦੇਖ ਲਓ ਮੇਨ ਲਾਈਟਾਂ ਵੀ ਜਗਾਇਓ ਇਹਦੀਆਂ, ਫਰੰਟ ਵਾਲੀਆਂ ਵੀ ਇਹਦੀਆਂ ਚੈੱਕ ਕਰਿਓ ਮੇਨ ਲਾਈਟਾਂ, ਇਹ ਦੇਖ ਲਓ, ਠੀਕ ਹੈ ਜੀ। ਕਰ ਦਿਓ ਬੰਦ, DRL ਵੀ ਕਰ ਦਿਓ ਬੰਦ। ਅਤੇ ਜਿਹੜੇ ਇਹਦੇ DRL ਆ ਭਾਅ ਜੀ, ਇਹ ਕਿੰਨੇ ਦੇ ਆ ਫਿੱਟ ਕਰਾਉਣੇ ਹੁਣ ਇਕੱਲੇ ਦੇ ਆ ਜੀ ਲਾਈਟਾਂ? ਇਹ ਜਿਹੜਾ DRL ਹੈ ਨਾ ਕਿਸਾਨ ਵੀਰੋ, ਇਹ ਲਾਈਟਾਂ ਜਿਹੜੀਆਂ ਫਰੰਟ 'ਤੇ, ਇਹਦਾ ਜਿਹੜਾ ਰੇਟ ਆ ਨਾ, ਹੋ ਸਕਦਾ ਹਰ ਏਜੰਸੀ 'ਚ ਕੋਈ 100-150 ਉੱਪਰ ਥੱਲੇ ਹੋਏ, ਮੈਂ ਇੱਕ ਆਈਡੀਆ ਜਿਹਾ ਦੇ ਦਿੰਦਾ ਤੁਹਾਨੂੰ। ਜਿੱਥੋਂ ਤੱਕ ਮੇਰਾ ਖਿਆਲ ਸੀ ਕੋਈ 2700 ਰੁਪਏ ਦੀ ਆ ਦੋਨੋਂ, ਜੇ 2700 ਦੀਆਂ ਦੋਨੋਂ ਆ ਤਾਂ 1300-1350 ਦੀ ਇੱਕ ਆ, ਅਤੇ ਤੁਸੀਂ ਆਈਡੀਆ ਮੰਨ ਕੇ ਚਲੋ ਵੀ 2500 ਤੋਂ ਲੈ ਕੇ 3000 ਦੇ ਵਿੱਚ, ਹੋ ਸਕਦਾ ਕਿਤੇ 2600 'ਚ ਵੀ ਮਿਲ ਜਾਣ, ਕਿਤੇ 2800 'ਚ ਵੀ ਮਿਲ ਜਾਣ, ਠੀਕ ਹੈ ਜੀ। ਇਹ ਕਿੰਨਾ ਕੁ ਪ੍ਰਾਈਜ਼ ਹੈ ਇਹਦਾ, ਜਿਹੜੇ ਐਵਰੇਜ ਆ 2700 ਰੁਪਇਆ ਸ਼ਾਇਦ ਦੋਨਾਂ DRL ਦਾ ਜਿਹੜਾ ਰੇਟ ਆ, 1300 ਦੀ ਇਹ ਆ ਅਤੇ 1300-1350 ਦੀ ਮੀਨਿੰਗ, ਠੀਕ ਹੈ ਜੀ। ਬਾਕੀ ਥੋੜ੍ਹਾ ਬਹੁਤਾ ਉੱਪਰ ਥੱਲੇ ਦੇਖ ਲਿਓ, ਇੱਕ ਆਈਡੀਆ ਦੇ ਤਾ ਇਕੱਲੇ DRL ਇਹ। ਬਾਕੀ ਜਿਹੜਾ ਇਹ ਪਤਾ ਕਿਉਂ ਦਿੱਤੇ DRL, LED ਪਹਿਲੇ ਜਿਹੜਾ ਪੁਰਾਣਾ ਮਾਡਲ ਸੀ ਉਹਦੇ ਇੱਥੇ ਤੁਹਾਨੂੰ ਪਤਾ ਸਵਰਾਜ ਆਉਂਦਾ ਸੀ ਲਿਖਦਾ ਕਰੋਮ 'ਚ ਲੋਗੋ, ਤਾਂ ਉਹਦੇ 'ਚ LED ਦੇ ਤੀ ਸੀ ਕੰਪਨੀ ਨੇ ਪਿਛਲੇ ਕੋਈ 2 ਸਾਲ ਤੋਂ, ਲੇਕਿਨ ਹੁਣ ਉਹ ਚੀਜ਼ ਤਾਂ ਇਹਦੇ 'ਚ ਹੈਗੀ ਨਹੀਂ ਨਵੇਂ ਮਾਡਲ 'ਚ, ਅਤੇ ਇਹਦੇ 'ਚ ਫਿਰ ਉਹ ਜਿਹੜੀ LED ਇੱਧਰ ਦੇ ਤੀਆਂ ਕੰਪਨੀ ਨੇ, ਅਤੇ ਇਹਦੇ ਨਾਲ ਜ਼ਿਆਦਾ ਲੁੱਕ ਵਧੀਆ ਬਣਦੀ ਆ, ਠੀਕ ਆ। ਅਤੇ ਬਾਕੀ ਸਵਰਾਜ ਦਾ ਸਿੰਪਲ ਹੀ ਆ ਗਿਆ, ਅਤੇ ਲਾਈਟਾਂ ਇਹਦੀਆਂ ਪਹਿਲੇ ਨਾਲੋਂ ਜ਼ਿਆਦਾ ਕਲੀਅਰ ਕਰਤੀਆਂ। ਅਤੇ ਬਾਕੀ ਇਹ ਜਿਹੜਾ ਮਾਡਲ ਹੈ 3 ਸਪੀਡ ਹੈ, ਲੋ ਹਾਈ ਮੀਡੀਅਮ, ਅਤੇ ਟੋਪ ਮਾਡਲ ਹੈ 855 ਦਾ, ਅਤੇ ਇਹਦੇ 'ਚ 4x4 ਵੀ ਮਿਲ ਜਾਣਾ ਤੁਹਾਨੂੰ। ਅਤੇ ਇਹ ਦੇਖ ਲਓ, ਜਿੱਦਾਂ ਤੁਹਾਨੂੰ ਮੈਂ ਪਹਿਲੇ ਵੀ ਕਿਹਾ ਸੀ ਵੀ ਇਹ ਸਿੰਗਲ ਐਕਟਿੰਗ 'ਚ ਹੀ ਮਿਲਣਾ ਤੁਹਾਨੂੰ, ਜਿਹੜਾ ਟੋਪ ਮਾਡਲ ਹੈ ਨਾ 3 ਸਪੀਡ ਉਹ ਸਿੰਗਲ ਐਕਟਿੰਗ 'ਚ, ਅਤੇ ਜਿਹੜਾ ਇੱਥੋਂ ਥੱਲੇ ਵਾਲਾ ਆ ਸੈਂਟਰ ਗੇਅਰ 2 ਸਪੀਡ ਉਹ ਡਿਊਲ ਐਕਟਿੰਗ 'ਚ, ਠੀਕ ਹੈ ਜੀ। ਅਤੇ ਬਾਕੀ ਐਮ ਦਾ ਮੀਡੀਅਮ ਤਾਂ ਇਹਦਾ ਇੰਡੀਪੈਂਡੈਂਟ PTO, ਅਤੇ ਹੁਣ ਇਹਦੇ ਆ ਗਏ ਇੰਡੀਕੇਟਰ ਜਿਹੜੇ LED ਆ ਟੋਪ ਮਾਡਲ 'ਚ, ਉਹ ਵੀ ਜਗਾਉਂਦੇ ਹਾਂ ਆਪਾਂ। ਬਾਕੀ ਇਹ ਵੀ ਚੈੱਕ ਕਰਾ ਦਿੰਦਾ ਤੁਹਾਨੂੰ, ਇਹ ਦੇਖ ਲਓ, ਇਹਦੇ LED ਇੰਡੀਕੇਟਰ ਆ, ਅਤੇ LED ਜਿਹੜੇ ਮਿਲਣੇ ਆ ਤੁਹਾਨੂੰ ਉਹ ਟੋਪ ਮਾਡਲ 'ਚ ਹੀ ਮਿਲਣੇ ਆ, ਜੇ ਤੁਸੀਂ ਇਹ ਤੋਂ ਇੱਕ ਮਾਡਲ ਥੱਲੇ ਚੱਲ ਗਏ ਤਾਂ ਜਿਹੜਾ 2 ਸਪੀਡ 'ਚ ਆਉਂਦਾ ਸੈਂਟਰ ਗੇਅਰ, ਉਹਦੇ 'ਚ ਤੁਹਾਨੂੰ ਨਾ ਤਾਂ LED ਇੰਡੀਕੇਟਰ ਮਿਲਣੇ ਆ, ਠੀਕ ਹੈ, ਅਤੇ ਨਾ ਉਹਦੇ 'ਚ ਤੁਹਾਨੂੰ ਇਹ ਮਿਲਣਾ ਜਿਹੜਾ ਸਿੰਗਲ ਐਕਟਿੰਗ, ਉਹਦੇ 'ਚ ਡਿਊਲ ਐਕਟਿੰਗ ਮਿਲਣਾ। ਇਹ ਚੈੱਕ ਕਰ ਲਓ, ਜਗਾ 'ਤੇ ਹੁਣ ਬੈਕ ਵਾਲੇ ਵੀ ਚੈੱਕ ਕਰਾ ਦਿੰਦਾ ਤੁਹਾਨੂੰ, ਇਹ ਦੇਖ ਲਓ, ਇੱਧਰ ਇਹ ਵੀ ਲਾਈਟ ਔਨ ਕਰਕੇ ਦੱਸ ਦਿੰਦਾ। ਇੱਕ ਸਿਸਟਮ ਨਾ ਮੈਨੂੰ ਵਧੀਆ ਲੱਗਾ ਵੀ ਇਹ ਜਿਹੜੀ ਇਹਦੀ ਬੈਕ ਲਾਈਟ ਆ ਨਾ, ਅਗਲੇ ਜਿਵੇਂ ਮੇਨ ਸੋਚ ਔਨ ਕਰੋਗੇ, ਚਾਬੀ ਲਾਓਗੇ ਤਾਂ ਹੀ ਜਗਦੀ ਆ,
चाबी बंद कर दोगे तो जगनी नहीं तो कई मैं ट्रैक्टर दिखे मॉडल उन्हें भी नहीं बिना चाबी बंद किए तो भी है बैकलाइट जगती है तो कई बार कोई बच्चा ही जगा दे भलेखे ना जगी रही है तो बैटरी डाउन हो जाती है सिस्टम वधिया वैसे सेफ्टी फीचर है बिना चाबी तो ऐ नहीं जगनी कई जग जाती है बिना चाबी तो भी ठीक है जी। बाकी बैक उ डबल डी डी बाल 540 चक्कर पी टी ओ दे लिफ्ट वाला लीवर है जिहड़ा पिछे देता एक एक्सट्रा जे कल्ले भी कोई चीज़ पाना तुसीं संद वगैरह तो बड़े आराम नाल पा सकदे हो सिंगल जैक है सपोर्टा काफ़ी हैवी है पहले भी आंदियां सी ते इहदे फेंडर चेंज है मडगार्ड चेंज है इहदे ठीक है अगे नालों कहिंदे मजबूत कीते आ पहले नालों आ देख लो चंगे मजबूत है वाकई शो भी देख लो शो भी ठीक है किसान भी कोई उदा नहीं है जिदा मजबूत वधिया मीनिंग बाकी ये टॉप मॉडल है जे ये गल करिए ना आपां उहदी रेट की तो यह पै जाना किसान भी तुहानू कोई मेरे ख्याल नाल कितना का भाजी आइडिया दा टॉप मॉडल का 8 साढ़े 8 तो उत्ते उत्ते पै जाना है जो टॉप मॉडल है ठीक है जी। आवाज़ चेक करो हूँ इहदी हाई लो करने न्यूट्रल है देख लो हाई लो मीडियम आवाज भी कर लो जैके जी डीआरएल भी जगे दिया लाइटा भी जगदियाँ ठीक है जी।